ਕਠਿਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਜੈ ਮਾਤਾ ਦੀ। ਔਰ ਮੈਂ ਸਮੇਂ ਮੌਜੂਦ ਹਾਂ ਪੰਚਕੂਲਾ ਦੇ ਇਤਿਹਾਸਿਕ ਮਾਤਾ ਮਨਸਾ ਦੇਵੀ ਸ਼ਕਤੀ ਪੀਠ ਮੰਦਿਰ ਵਿੱਚ। ਆਰਤੀ ਇੱਥੇ ਸ਼ੁਰੂ ਹੋ ਚੁੱਕੀ ਹੈ ਕਿਉਂਕਿ 7 ਵਜੇ ਜਿਹੜਾ ਆਰਤੀ ਦਾ ਟਾਈਮ ਹੈ। ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਾਂ ਮੰਦਿਰ ਦੀ, ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਆਰਤੀ ਜਦੋਂ ਹੁੰਦੀ ਹੈ ਤਾਂ ਇੱਕ ਪ੍ਰੋਸੀਜਰ ਹੈ ਆਰਤੀ ਦਾ ਕਿ ਜਿਹੜੇ ਸੇਵਕ ਨੇ ਮੰਦਿਰ ਦੇ ਉਹ ਜਿਹੜੇ ਟੱਲ ਨੇ ਉਹ ਵਜਾਉਂਦੇ ਨੇ ਅਤੇ ਜਿਹੜੇ ਸ਼ਰਧਾਲੂ ਨੇ ਉਹ ਪੰਗਤ ਵਿੱਚ ਬੈਠੇ ਕਤਾਰਾਂ ਵਿੱਚ ਬਹਿ ਜਾਂਦੇ ਨੇ ਆਰਾਮ ਨਾਲ ਔਰ ਆਰਤੀ ਦਾ ਸ਼੍ਰਵਣ ਕਰਦੇ ਨੇ। ਔਰ ਤੁਸੀਂ ਦੇਖ ਰਹੇ ਹੋ ਕਿ ਸ਼ਰਧਾਲੂ ਬੜੀ ਦੂਰ ਦੂਰ ਤੋਂ ਆਏ ਹੋਏ ਨੇ। ਗੱਲ ਸਿਰਫ ਪੰਚਕੂਲਾ ਦੀ ਨਹੀਂ ਕੀਤੀ ਜਾਏ, ਇੱਥੇ ਸ਼ਰਧਾਲੂ ਤੁਹਾਨੂੰ ਕਈ ਸਟੇਟਾਂ ਤੋਂ ਵੀ ਮਿਲਦੇ ਨੇ, ਚਾਹੇ ਪੰਜਾਬ ਦੀ ਗੱਲ ਕਰੀਏ, ਹਰਿਆਣਾ ਤਾਂ ਚਲੋ ਗੱਲ ਕਰੀ ਕਰਦੇ ਹਾਂ, ਆਸ ਪਾਸ ਦੇ ਇਲਾਕਿਆਂ ਦੀ ਵੀ ਗੱਲ ਕਰੀਏ, ਭਾਵੇਂ ਪੰਜਾਬ ਦੇ ਲੱਗਦੇ ਹੋ ਹਰਿਆਣਾ ਦੇ ਲੱਗਦੇ ਹੋ, ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਸੰਗਤ ਬੈਠੀ ਹੋਈ, ਸ਼ਰਧਾਲੂ ਬੈਠੇ ਹੋਏ ਨੇ ਤੇ ਆਰਤੀ ਮੰਦਿਰ ਵਿੱਚ ਚੱਲਦੀ ਪਈ ਹੈ ਔਰ ਆਰਤੀ ਨੂੰ ਸ਼੍ਰਵਣ ਕਰ ਰਹੇ ਨੇ ਸਾਰੇ। ਜਿੱਥੇ ਜੋ ਕੋਈ ਹੈ ਉੱਥੇ ਬੈਠ ਕੇ ਆਰਤੀ ਦਾ ਸ਼੍ਰਵਣ ਕਰ ਰਿਹਾ, ਆਰਤੀ ਸੁਣ ਰਿਹਾ ਔਰ ਆਰਤੀ ਤੋਂ ਬਾਅਦ ਇੱਦਾਂ ਹੀ ਮੱਥਾ ਟਿਕਾਇਆ ਜਾਏਗਾ। ਹੋਰ ਤਸਵੀਰਾਂ ਤੁਹਾਨੂੰ ਮੰਦਿਰ ਦੀ ਦਿਖਾ ਦਾਂ ਕਿ ਉਹ ਵੀ ਦੇਖੋ, ਜਿੱਥੇ ਵੀ ਸ਼ਰਧਾਲੂ ਤੁਹਾਨੂੰ ਨਜ਼ਰ ਆਉਣਗੇ ਉਹ ਆਰਤੀ ਦੇ ਦੌਰਾਨ ਉੱਥੇ ਬਹਿ ਕੇ ਪਹਿਲਾਂ ਆਰਤੀ ਹੋਏਗੀ, ਉਸ ਤੋਂ ਬਾਅਦ ਅੰਦਰ ਮੱਥਾ ਟੇਕਿਆ ਜਾਏਗਾ। ਔਰ ਪਹਿਲਾ ਨਵਰਾਤਰਾ ਹੈ, ਜਿੱਦਾਂ ਆਪਾਂ ਅਸੂ ਦੇ ਨਵਰਾਤੇ ਅਸ਼ਵਿਨ ਚੈਨ ਕਹਿੰਦੇ ਨੇ, ਅਸੂ ਦੇ ਨਵਰਾਤੇ ਕਹਿੰਦੇ ਨੇ, ਤਾਂ ਪਹਿਲਾ ਨਵਰਾਤਾ ਹੈ ਔਰ ਲੋਕੀ ਜਿਹੜੇ ਦਿਨ ਦੀ ਸ਼ੁਰੂਆਤ ਹੈ ਇਸ ਸ਼ੁਰੂਆਤ ਨੂੰ ਮਾਤਾ ਦੇ ਚਰਨਾਂ ਨਾਲ ਆਪਣਾ ਮੱਥਾ ਲਾ ਕੇ ਅਰਦਾਸ ਮੰਗ ਕੇ ਆਪਣੀ ਮੰਨਤ ਲੈ ਕੇ ਸ਼ੁਰੂ ਕਰਦੇ ਨੇ। ਔਰ ਜੇ ਮੈਂ ਮਾਤਾ ਮਨਸਾ ਦੇਵੀ ਸ਼ਕਤੀ ਪੀਠ ਦੀ ਗੱਲ ਕਰਾਂ, ਬੜਾ ਇਤਿਹਾਸਿਕ ਤੇ ਪ੍ਰਾਚੀਨ ਮੰਦਿਰ ਹੈ ਪੰਚਕੂਲਾ ਵਿੱਚ ਮਾਤਾ ਮਨਸਾ ਦੇਵੀ ਦਾ। ਮਨਸਾ ਦੇਵੀ ਮਤਲਬ ਮਨ ਦਾ ਮੰਦਰ, ਮਨਸਾ ਪੂਰੀ ਕਰਨ ਦੀ, ਮਨ ਚ ਵੀ ਜਿਹੜੀ ਇੱਛਾ ਹੈ, ਮਨ ਚ ਜਿਹੜਾ ਤੁਸੀਂ ਧਾਰਿਆ ਉਹਨੂੰ ਪੂਰਾ ਕਰਨ ਦੀ ਇੱਛਾ ਹੈ। ਔਰ ਤਸਵੀਰਾਂ ਤੁਸੀਂ ਦੇਖਦੇ ਰਹੋ ਕਿ ਕਿਵੇਂ ਆਰਤੀ ਸ਼ੁਰੂ ਹੋ ਚੁੱਕੀ ਹੈ ਤੇ ਆਰਤੀ ਤੋਂ ਬਾਅਦ ਮੱਥਾ ਟੇਕਣ ਦੀ ਜਿਹੜੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕੀਤੀ ਜਾਏਗੀ ਔਰ ਲਾਈਨਾਂ, ਕਿਉਂਕਿ ਇੱਥੇ ਸਵੇਰ ਤੋਂ ਹੀ ਤੜਕੇ ਤੋਂ ਹੀ ਇਨਫੈਕਟ ਜੇ ਮੈਂ ਕਹਾਂ ਕਿ ਸ਼ਰਧਾਲੂ ਆਉਣੇ ਸ਼ੁਰੂ ਹੋ ਜਾਂਦੇ ਨੇ, ਲਾਈਨਾਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਇੱਥੇ ਤੁਹਾਨੂੰ ਜਿਹੜਾ ਨਜ਼ਾਰਾ ਹੈ ਇਸ ਮੰਦਿਰ ਦਾ, ਕਿਉਂਕਿ ਇਹ ਪਹਾੜਾਂ ਦੀ ਸ਼ਿਵਾਲਿਕ ਦੀ ਤਲਹੱਟੀ ਤੇ ਸ਼ਿਵਾਲਿਕ ਦੇ ਵਿੱਚ ਵਸਿਆ ਹੋਇਆ ਮੰਦਿਰ ਹੈ, ਪਹਾੜ ਇੱਕ ਹੈ ਪੰਚਕੂਲਾ ਮਾਤਾ ਮਨਸਾ ਦੇਵੀ। ਮੈਂ ਇਸ ਕਰਕੇ ਤੁਸੀਂ ਸ਼ਰਧਾਲੂ ਦੇਖੋ ਕਿ ਭੀੜ ਜਿਹੜੀ ਤੁਹਾਨੂੰ ਨਜ਼ਰ ਆਏਗੀ ਥੱਲੇ ਤੱਕ ਨਜ਼ਰ ਆਏਗੀ, ਉੱਪਰ ਤੋਂ ਲੈ ਕੇ ਥੱਲੇ ਤੱਕ ਤੁਹਾਨੂੰ ਸ਼ਰਧਾਲੂ ਨਜ਼ਰ ਆਉਣਗੇ। ਤਸਵੀਰਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਔਰ ਆਪਾਂ ਵੀ ਅਰਦਾਸ ਕਰਦੇ ਹਾਂ ਸਾਰਿਆਂ ਨੂੰ, ਇਹੀ ਮਾਤਾ ਦੇ ਮੰਤਾ ਕਰਦੇ ਹਾਂ ਕਿ ਸਭ ਨੂੰ ਸੁੱਖ ਸ਼ਾਂਤੀ ਰਹੇ, ਸਭ ਦੀ ਮਨੋਕਾਮਨਾ ਪੂਰੀ ਕਰੇ। ਸ਼ਰਧਾਲੂ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਕਰ ਰਹੇ ਨੇ ਉਹ ਮਾਤਾ ਮਨਸਾ ਦੇਵੀ ਦੇ ਚਰਨਾਂ ਵਿੱਚ ਬਹਿ ਕੇ ਨਤਮਸਤਕ ਹੋ ਕੇ ਆਪਣੀ ਮੁਰਾਦ ਪੂਰੀ ਕਰਨ ਦੀ ਇੱਛਾਵਾਂ ਲੈ ਕੇ ਇੱਥੇ ਪਹੁੰਚੇ ਨੇ ਜੀ। ਓਵਰ ਟੂ ਗੁਰਦੇਵ।